ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਕੰਟੀਨੀ ਮੰਡੀਰ ਦੀ ਟੀਮ ਇਸ ਵਾਰੀ ਪਹੁੰਚੀ GCG ਸੈਕਟਰ 42 ਚੰਡੀਗੜ੍ਹ ਵਿੱਚ। ਤੇ ਰਵਨੀਤ ਨੂੰ ਵੇਖ ਕੇ ਉਹਦੇ ਫੈਨਸ ਇੰਨੇ ਬੇਕਾਬੂ ਹੋ ਰਹੇ ਸੀ ਕਿ ਉਹਨਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਰਿਹਾ ਸੀ। ਦੋ ਤਿੰਨ ਵਾਰ ਤਾਂ ਸਾਨੂੰ ਸ਼ੂਟ ਬੰਦ ਵੀ ਕਰਨਾ ਪਿਆ। ਕੰਟੀਨੀ ਮੰਡੀਰ ਨੂੰ ਇੰਨਾ ਪਿਆਰ ਦੇਣ ਲਈ MH1 ਵੱਲੋਂ ਬਹੁਤ ਬਹੁਤ ਸ਼ੁਕਰੀਆ। ਉਹ ਜੁਗਨੀ ਚੰਡੀਗੜ੍ਹ ਵਿੱਚ ਪੜ੍ਹਦੀ, ਜੁਗਨੀ ਚੰਡੀਗੜ੍ਹ, ਉਹ ਜੁਗਨੀ GCG 42 ਚ ਪੜ੍ਹਦੀ, ਮੇਰੇ ਨਾਲ ਬੜਾ ਹੀ ਲੜਦੀ, ਗੱਲ ਗੱਲ ਤੇ ਨਖਰੇ ਕਰਦੀ, ਵੇ ਵੀਰ ਮੇਰੇ ਆਵੇ ਜੁਗਨੀ। ਇਹ ਜੁਗਨੀ TV ਤੇ ਆ ਗਈ ਆ, ਆਏ ਕੰਟੀਨੀ ਮੰਡੀਰ ਦੇ ਵਿੱਚ ਛਾ ਗਈ ਆ। ਚਾਰ ਭਰੀ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਾਰਿਆਂ ਨੂੰ ਲੈ ਕੇ ਹਾਜ਼ਰ ਹੋ ਚੁੱਕੇ ਜੀ ਤੁਹਾਡਾ ਆਪਣਾ ਫੇਵਰੇਟ ਸ਼ੋਅ ਜਿਹਦਾ ਨਾਮ ਹੈ। ਅੱਜ ਅਸੀਂ ਆਏ ਹਾਂ ਜੀ ਘੈਣ ਜੇ ਸ਼ਹਿਰ, ਸ਼ਹਿਰ ਦਾ ਨਾਮ ਹੈ ਜੀ ਚੰਡੀਗੜ੍ਹ। ਕਾਲਜ ਹੈਗਾ ਜੀ Govt.College ਗਰਲਜ਼ ਸੈਕਟਰ 42 ਚ ਕਾਲਜ ਪੈਂਦਾ ਜੀ। ਕਾਲਜ ਬਹੁਤ ਸ਼ਾਨਦਾਰ ਹੈ, ਕੁੜੀਆਂ ਵੀ ਬਹੁਤ ਸੋਹਣੀਆਂ, ਇੱਕ ਵਾਰ ਆਪਣੇ ਲਈ ਤਾੜੀ। ਸੋ ਆਪਾਂ ਗੱਲਬਾਤ ਕਰਦੇ ਹਾਂ ਜੀ, ਤੁਸੀਂ ਆਓ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਝੋਲਾ ਬਹੁਤ ਵਧੀਆ ਰੱਖ ਲਿਆ, ਥੈਂਕ ਯੂ। ਫੁੱਲਾਂ ਵਾਲਾ ਝੋਲਾ ਹੈ ਜੀ, ਬਹੁਤ ਵਧੀਆ। ਕੀ ਨਾਂ ਜੀ ਤੁਹਾਡਾ? ਅਲੀਸ਼ਾ। ਅਲੀਸ਼ਾ, ਨਾਂ ਵੀ ਬਹੁਤ ਸੋਹਣਾ ਰੱਖਿਆ, ਕੀ ਕਰਦੇ ਨੇ? ਕਿਆ ਕਰ ਰਹੇ ਹੋ? ਕੀ ਸੁਣਾਓਗੇ ਜੀ? ਗਾਣਾ ਸੁਣਾਓਗੇ, ਡਾਂਸ ਕਰੋਗੇ ਜੀ? ਡਾਂਸ ਕਰੂੰਗੀ ਮੈਂ। ਚਲੋ ਡਾਂਸ ਕਰੋ ਜੀ, ਆਪਾਂ ਸਾਰੇ ਗੀਤ ਗਾਉਣੇ ਆ, ਠੀਕ ਹੈ ਜੀ? ਓਕੇ। ਕਿਹੜਾ ਡਾਂਸ ਹੈ ਜੀ? ਮੈਂ ਤਾਂ ਡਰ ਗਿਆ ਜੀ, ਇਹਦੇ ਬਾਬਾ ਬੁੱਬਾ ਆ ਗਿਆ ਜੀ। ਇਹ ਚਲੋ ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਲਾਲ ਨੀਲੇ ਫੁੱਲ ਤੇਰੇ ਚਿੱਟੇ ਸੂਟ ਤੇ, ਉਹ ਲਾਲ ਨੀਲੇ ਫੁੱਲ ਤੇਰੇ ਚਿੱਟੇ ਸੂਟ ਤੇ, ਕੱਲ ਮੈਨੂੰ ਦਿਖੀ ਸੀ ਇਹ ਗੇੜੀ ਰੂਟ ਤੇ। ਝੂਠੀ ਗੱਲ ਆ। ਮੈਂ ਤਾਂ ਲਾਈਨ ਜੀ ਬਣਾਈ ਹੈ ਜੀ, ਗੱਲ ਬਹੁਤ ਸੋਹਣੀ ਲਾਈਨ ਹੈ, ਲਾਈਨ ਤਾਂ ਮੇਰੇ ਵਰਗੀ, ਜਮਾਂ ਤੁਹਾਡੇ ਵਰਗੀ ਹੈ। ਚਲੋ ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਜੀ ਵਧੀਆ, ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਚੰਡੀਗੜ੍ਹ ਸੇ ਹੂੰ ਵੈਸੇ ਲੋਕਲੀ। ਲੋਕ ਇੰਨੇ ਫੁਕਰੇ ਜੀ ਨਹੀਂ ਹੁੰਦੇ ਇੱਥੇ? ਬਹੁਤ ਹੁੰਦੇ, ਪੰਜਾਬੀ ਜ਼ਿਆਦਾ ਹੁੰਦੇ ਹੈ। ਹਾਂ ਫੁਕਰੇ ਨਾ ਨੀ ਆਪਾਂ। ਸੁਣਾਓ ਜੀ ਕੁਛ ਕੁਛ ਵੀ ਸੁਣਾਓ ਜੀ। ਗੁਲਾਬੀ ਆਖੇ ਜੋ ਤੇਰੀ ਦੇਖੀ, ਸ਼ਰਾਬੀ ਇਹ ਦਿਲ ਹੋ ਗਿਆ, ਸੰਭਾਲੋ ਮੁਝਕੋ ਓ ਮੇਰੇ ਯਾਰੋ, ਸੰਭਾਲਣਾ ਮੁਸ਼ਕਿਲ ਹੋ ਗਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਵਨੂਰ ਹੈ। ਅੱਛਾ ਜੀ। ਤੁਹਾਡਾ ਨਾਮ ਰਵਨੀਤ? ਹਾਂਜੀ। ਤਾਂ ਫਿਰ ਨੂਰ ਮੀਟਸ ਨੀਤ, ਵੈਲਕਮ ਟੂ 42। ਇਹ ਛੱਡ ਦੋ ਜੀ, ਹੱਥ ਮੈਨੂੰ ਛੱਡ ਦੋ ਗਰੀਬ ਦਾ। ਸ਼ੌਂਕ ਜੀ ਤੁਹਾਡੇ ਹੋਬੀ? ਮੈਂ ਗਾਣੇ ਗਾਉਂਦੀ ਹਾਂ। ਗਾਣੇ ਗਾਉਂਦੀ ਤੇ ਗਾਣੇ ਸੁਣਾਓ। ਓਕੇ ਸੁਣਾਓ ਜੀ। ਦਹਲੀਜ਼ ਪੇ ਮੇਰੇ ਦਿਲ ਕੀ ਜੋ ਰੱਖੇ ਹੈ ਤੂਨੇ ਕਦਮ, ਤੇਰੇ ਨਾਮ ਪੇ ਮੇਰੀ ਜ਼ਿੰਦਗੀ ਲਿ
तेरे बिना हमदम। हाँ सीखा मैंने जीना, जीना कैसे जीना, ना सीखा जीना तेरे बिना हमदम। मैंने सेल्फी चाहिए थोड़े नाल, खिच खिच सेल्फियां पाउंदी नेट पे। मैंने भूलना चाहे ਇਹਨੂੰ ਕੀ ਕਹਿੰਦੇ ਜੀ ਟੈਂਟ ਜੇ ਨੂੰ? ਜੰਪਸੂਟ। ਅੱਛਾ 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 ਅੱਛਾ, ਬਹੁਤ ਵਧੀਆ ਬਹੁਤ ਵਧੀਆ ਜੀ। ਪਤਾ ਨਹੀਂ ਲੱਗ ਰਿਹਾ ਜੀ ਕਿੱਥੋਂ ਸ਼ੁਰੂ ਹੁੰਦਾ ਕਿੱਥੇ ਮੁੱਕਦਾ। ਚਲੋ ਜੰਪਸੂਟ ਹੈ, ਅੱਛਾ ਅੱਛਾ ਠੀਕ ਹੈ ਠੀਕ ਹੈ। ਅੱਛਾ ਇੱਦਾਂ ਹੈ ਵੀ ਆਪਾਂ ਗੇੜੀ ਮਾਰਦੇ ਪਏ ਸੀਗੇ, ਐਂ ਕਰੋ ਜੀ, ਐਂ ਇਹ ਐਕਟਿਵਾ ਚਲਾਉਂਦੇ ਸੀਗੇ, ਮੈਂ ਗੇੜੀ ਲਾਉਂਦਾ ਸੀਗਾ ਜੀ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਚੱਲ ਦੇਖਦੇ ਆ ਕੀ ਕਹਿੰਦੀ ਹੈ ਜੀ। ਪਾਪਾ ਕੀ ਕਹਿੰਦੀ ਹੈ ਜੀ? ਕਹਿ ਰਹੀ ਹੈ ਕਿ ਮੁੰਡੇ ਚੰਡੀਗੜ੍ਹ ਦੇ ਖਰਾਬ ਹੁੰਦੇ ਆ, ਨਾ ਦੇਖ। ਉਹ ਤੂੰ ਨਾਲ ਬਹਿ ਸੜਦੀ ਆ। ਬਹੁਤ ਵਧੀਆ, ਤੰਗ ਕਰਦਾ ਜੀ ਮੈਂ ਤੁਹਾਨੂੰ ਦੋਨਾਂ ਨੂੰ। ਤੁਹਾਡਾ ਕੀ ਨਾਮ ਹੈ ਜੀ? ਨੈਨਸੀ। ਕੁੜੀਆਂ ਕਿਉਂ ਇੰਨੀਆਂ ਲਿਸ਼ਕ ਪੁਸ਼ਕ ਕੇ ਤਿਆਰ ਹੁੰਦੀਆਂ? ਕਿਉਂਕਿ ਮੁੰਡੇ? ਨਹੀਂ ਨਹੀਂ, ਇਹੋ ਜਿਹੀ ਤਾਂ ਕੋਈ ਗੱਲ ਨਹੀਂ ਆ। ਨਹੀਂ ਨਹੀਂ ਨਹੀਂ, ਕੁੜੀਆਂ ਤਾਂ ਲਿਸ਼ਕ ਪੁਸ਼ਕ ਦੇ ਵੀ। ਹੇ ਅੱਜ ਤੂੰ ਮੇਕਅਪ ਹੀ ਨਹੀਂ ਕੀਤਾ, ਉਹ ਬਰਾੜ ਤੁਝੇ ਦੇਖ ਹੀ ਨਹੀਂ ਰਹਾ ਤਾ। ਮੁੰਡੇ ਵੀ ਤਾਂ ਟੌਰ ਤਾਂ ਹੀ ਕਰਦੇ ਤਾਂ ਕਿ ਕੁੜੀਆਂ ਦੇਖਣ। ਨਹੀਂ ਨਹੀਂ, ਅਸੀਂ ਮੇਕਅਪ ਨਹੀਂ ਕਰਦੇ, ਬਸ ਅਸੀਂ ਵਾਲ ਨੂੰ ਟੌਰ ਤਾਂ ਕਰਦੇ ਹੁਣ। ਕੁਦਰਤੀ ਹੈਂ ਨਹੀਂ ਟੀ ਹੋਈ ਮਾਰਦੀ ਰਹਿੰਦੀ ਆ। ਅੱਛਾ ਅੱਛਾ, ਤੇਰੇ ਵਾਲਾ ਬਣਾਉਂਦਾ ਨਹੀਂ ਮੇਰੇ ਨਹੀਂ ਬਣ ਜਾਂਦਾ। ਕੀ ਨਾਮ ਹੈ ਤੁਹਾਡਾ? ਪ੍ਰਿਯੰਕਾ। ਸੁਣਾਓ ਜੀ, ਸੁਣਾਓ। ਮੇਰੇ ਪਿੰਡ ਦੇ ਗੇੜੇ ਮਾਰਦਾ, ਮੇਰੇ ਪਿੰਡ ਦੇ ਗੇੜੇ ਮਾਰਦਾ ਮੁੰਡਾ ਬਿਨਾਂ ਪਰ ਨਾ ਤੁਸੀਂ ਤੁਸੀਂ ਵੀ ਮੈਨੂੰ ਇਹ ਦੱਸਿਆ ਹੋਇਆ ਕਿ ਮੈਂ ਬਹੁਤ ਅਮੀਰ ਹਾਂ, ਮੈਂ ਵੀ ਇਹ ਦੱਸਿਆ ਹੋਇਆ ਕਿ ਮੈਂ ਤਾਂ ਬਹੁਤ ਹੀ ਅਮੀਰ ਹਾਂ। ਤੁਹਾਡਾ? ਨਵਜੋਤ। ਮੇਰਾ ਨਾਮ ਰਵਨੀਤ ਕੌਰ, ਠੀਕ ਹੈ। ਤੁਹਾਡਾ? ਨਵਜੋਤ। ਹਾਏ ਨਵਜੋਤ। ਹਾਏ ਰਵਨੀਤ। ਯਾਰ ਐਕਚੁਅਲੀ ਨਾ ਅੱਜ ਉਹ ਭਈਆ ਛੋੜ ਕੇ ਗਏ, ਉਹ ਜੋ ਬੀਮਰ ਸੀ ਨਾ, ਉਹ ਭਈਆ ਸਰਵਿਸ ਸਟੇਸ਼ਨ ਲੈ ਗਏ ਆ, ਔਰ ਪਾਪਾ ਪਾਪਾ ਨੇ ਮਰਸੀ ਲਈ ਔਰ ਨਹੀਂ ਪਤਾ ਪਤਾ ਹੈ ਮੇਰੇ ਪਾਪਾ ਵੀ ਕੱਲ ਮੁਝੇ ਆਟੀ ਦਵਾ ਰਹੇ ਹੈ। ਆਟੀ ਰੋ ਉਹ ਚੂੜੀਆਂ ਵਾਲੀ ਗਾੜੀ ਉਹ ਨਹੀਂ ਲੈਣੀ, ਉਹ ਮੇਰੇ ਨਹੀਂ ਨਹੀਂ ਉਹ ਠੀਕ ਹੈ। ਉਹ ਪਤਾ ਕੀ, ਜੋ ਹਮਾਰਾ ਕੁੱਤਾ ਹੈ ਨਾ, ਉਹ ਚੂੜੀਆਂ ਵਾਲੀ ਗਾੜੀ ਕੋ ਬਹੁਤ ਲਾਈਕ ਕਰਤਾ, ਉਸਮੇ ਘੁੰਮਨੇ ਜਾਤਾ ਹੈ। ਓਹੋ, ਸਾਡੇ ਵਾਲਾ ਕੁੱਤਾ ਸਾਨੂੰ ਨਹੀਂ ਲਾਈਕ ਕਰਦਾ ਯਾਰ, ਤੂੰ ਨਾ ਇਦਾਂ ਦੇ ਕੱਪੜੇ ਨਾ ਪਾ ਕੇ ਆਇਆ ਕਰ ਸਾਡੇ। ਕਿਉਂ ਬੜੀਆ ਤੋਂ ਆਇਆ ਕੱਪੜੇ ਯਾਰ ਯਾਰ, ਤੁਝੇ ਪਤਾ ਨਹੀਂ ਐਡਰੈਸ ਪਤਾ ਕਿਤਨੇ ਕੀ ਹੈ? ਕਿਤਨੇ? ਅੱਛਾ ਗੈਸ ਕਰ ਕਿਤਨੇ ਕਰ? 1000? ਨੋ ਨੋ, ਇਟਸ ਆਫ 30000 ਮੇਬੀ। ਕੱਲ ਤੂੰ ਮੈਂ 50000 ਦਾ ਵਨ ਪੀਸ ਲੈ ਕੇ ਆਈ। ਵਨ ਪੀਸ 50000 ਦਾ? ਉਹ ਤੋੜੀਆ ਗਿਆ 50000 ਦਾ। ਉੱਥੇ ਰੱਖ ਬੱਲੇ ਬੱਲੇ, ਕਮਾਲ ਹੋ ਗਈ ਹੈ। ਬਹੁਤ ਵਧੀਆ ਜੀ, ਹੋਰ ਸੁਣਾਓ ਜੀ ਨਵੀਂ ਤਾਜੀ। ਬਸ ਵਧੀਆ ਜੀ, ਸੁਣਾਓ ਜੀ। ਐਲ ਡਾਂਸ। ਚਲੋ ਠੀਕ ਹੈ ਜੀ। ਚਿੱਠੀਆਂ ਲਿਖਦੇ ਆ ਤੇ ਕੀ ਕਹਿੰਦੇ ਚਿੱਠੀ ਚ? ਚਿੱਠੀਆਂ ਪ੍ਰਿੰਸੀਪਲ ਨੇ ਲਿਖ ਕਰ ਦਿਆਂ ਵੱਲ ਪਾਈਆਂ, ਚਿੱਠੀਆਂ ਪ੍ਰਿੰਸੀਪਲ ਨੇ ਲਿਖ ਕਰ ਦਿਆਂ ਵੱਲ ਪਾਈਆਂ। ਅੱਗੇ ਘਰ ਦੀ ਚਿੱਠੀਆਂ ਪੜ੍ਹ ਕੇ ਕੀ ਕਹਿੰਦੇ ਆ? ਘਰਦਿਆਂ ਨੇ ਪੜ੍ਹ ਚਿੱਠੀਆਂ, ਡਿਊਟੀਆਂ ਮੱਝਾਂ ਤੇ ਲਾਈਆਂ, ਘਰਦਿਆਂ ਨੇ ਪੜ੍ਹ ਉਹ ਘਰਦਿਆਂ ਨੇ ਪੜ੍ਹ ਚਿੱਠੀਆਂ, ਡਿਊਟੀਆਂ ਮੱਝਾਂ ਤੇ ਲਾਈਆਂ। ਉਹ ਤੁਹਾਡੇ ਮੁੰਡੇ ਕੀਤੀ ਫੈਸਲਾ ਦੀ ਹੱਦ ਜੀ, ਹੋਏ ਦੀ ਟੌਰ ਪਰ ਫੈਸਲਾ ਤੋਂ ਵੱਧ ਜੀ।
ਬਹੁਤ ਸੋਹਣੀ ਆਵਾਜ਼, ਕਲਾ ਬਹੁਤ ਹੈ ਕੁੜੀਆਂ 'ਚ, ਪਰ ਚਾਂਬੜੀਆਂ ਵੀ ਬਹੁਤ ਹੈ। ਸੰਦਲਜੀਤ ਕੌਰ ਬਰਾੜ ਹੈ, ਮੈਂ ਬੇਸਿਕਲੀ ਰਾਜਸਥਾਨ ਤੋਂ, ਹਾਸਟਲ ਪੜ੍ਹਦੇ ਹਾਂ, ਮਨ ਇੰਗਲਿਸ਼ ਆਨਰ ਸਟੂਡੈਂਟ। ਤੁਹਾਡੀ ਵਾਲਾ ਦਿਲ ਸਾਡਾ ਦਿਲ ਲੈ ਗਿਆ ਜੀ। ਹੋਰ ਵਧੀਆ, ਤੁਸੀਂ ਦੱਸੋ, ਤੁਸੀਂ ਸਾਡੇ ਕਾਲਜ ਆਏ ਹੋ। ਹਾਂਜੀ। ਕਿੱਦਾਂ ਲੱਗਿਆ? ਤੁਹਾਨੂੰ ਪਤਾ ਹੀ ਜੀ ਕਿੱਦਾਂ ਲੱਗ ਰਿਹਾ ਮੈਨੂੰ। ਕੰਨ ਬੜੇ ਜੀ ਮੁੰਦਰਾ ਪਾ ਰੱਖੀ ਤਿੰਨ ਇੱਧਰ ਵੀ ਸ਼ੌਕ ਹੈ। ਤੁਸੀਂ ਰਾਜਸਥਾਨ ਬਾਰਡਰ ਪਾਰ ਨਹੀਂ ਕੀਤਾ, ਕੰਨ ਸਾਰਾ ਹੀ ਮੈਂ ਕਹਿੰਦਾ। ਨਹੀਂ ਸਰ। ਗੀਤ ਸੁਣਾਓ ਜੀ। ਹਾਂ, ਦੋ ਚਾਰ ਗੀਤ ਹਿੱਟ ਹੋ ਗਏ ਨਹੀਂ, ਜੇ ਦੋ ਚਾਰ ਗੀਤ ਹਿੱਟ ਹੋ ਗਏ ਨਹੀਂ, ਉਹ ਫਿਰ ਬੱਲੇ ਬੱਲੇ ਹੋ ਜਾਊਗੀ। ਤੈਨੂੰ ਲੈ ਦੂੰਗਾ ਸਕੂਟੀ ਬੱਲੀਏ, ਹੋ ਜਾਊਗੀ। ਮੈਂ ਤੈਨੂੰ ਲੈ ਦੂੰਗਾ ਸਕੂਟੀ ਬੱਲੀਏ, ਉਹ ਜਿਹੜੀ ਮਿੰਟਾਂ 'ਚ ਹੋ ਜਾਊਗੀ। ਤੂੰ ਹਿੰਟ ਕਰਦੀ ਇਸ ਹੈਂਡਲਾਂ ਦੀ, ਤੂੰ ਹਿੰਟ ਕਰਦੀ ਇਸ ਹੈਂਡਲਾਂ ਦੀ, ਵਿਚਾਰ ਛਲੜਦਾ ਜੁੜ ਲੈਣ ਦੇ। ਤੈਨੂੰ ਜਿੰਮੀ ਚੂ ਚੂ ਲੈ ਦੂੰਗਾ, ਤੂੰ ਮੱਥਾ ਪੌਂਡਾ ਨਾਲ ਪੜ ਲੈਣ ਦੇ। ਹੋ ਇੱਕ ਬਾਪੂ ਵੀ ਕਬੀਲਦਾਰ ਨਹੀਂ, ਉਹ ਤੋਂ ਭੈਣਾਂ ਨਾਲ ਵਿਹੜਾ ਭਰਿਆ। ਦਿੱਤੀ ਛੋਟੀ ਨੂੰ ਮਰੂਤੀ ਕਾਰ ਨਹੀਂ, ਉਹ ਵੀ ਕਰਜ਼ੇ ਤੋਂ ਨਾ ਡਰਿਆ। ਅੱਖ ਟਿਕ ਗਈ ਓਟੀ ਤੇ, ਤੇਰੀ ਅੱਖ ਟਿਕ ਗਈ ਓਟੀ ਤੇ, ਭੁੱਲ ਗਿਆ ਮੈਨੂੰ। ਜਦੋਂ ਓਡੀ ਦੇਖਦੇ ਫਿਰ ਤਾਂ ਮੁੰਡਾ ਵੀ ਭੁੱਲ ਜਾਂਦਾ ਜੀ। ਪਹਿਲਾਂ ਕਹਿੰਦੇ ਹੁੰਦੇ ਸੀਗੇ ਵੀ ਘੋੜੇ ਦੇ ਉੱਤੇ ਰਾਜਕੁਮਾਰ ਬੈਠਾ ਚਾਹੀਦਾ। ਓਕੇ, ਹੁਣ ਤਾਂ ਕੁੜੀਆਂ ਕਹਿੰਦੀਆਂ ਵੀ ਓਡੀ ਹੋਵੇ ਭਾਵੇਂ ਅੰਦਰ ਗਧਾ ਹੀ ਬੈਠਾ। ਚਲੋ ਜੀ, ਮਾਸੀ ਤੋਂ ਬਾਅਦ ਹੁਣ ਵੇਲਾ ਹੋ ਚੁੱਕਿਆ ਜੀ ਇੱਕ ਨਿੱਕੇ ਜਿਹੇ ਬ੍ਰੇਕ ਦਾ, ਤੁਸੀਂ ਕਿਤੇ ਨਾ ਜਾਇਓ, ਮਿਲਦੇ ਆ ਜੀ ਇੱਕ ਛੋਟੇ ਜਿਹੇ। ਸ਼ੌਂਕ ਜੀ? ਸ਼ੌਂਕ ਬਸ ਸਿੰਗਿੰਗ। ਚਲੋ ਸੌਂਗ ਸੁਣਾਓ ਜੀ ਫਿਰ। ਹੋਵੇ ਪਿੰਡ ਚ ਵਿਆਹ ਕੀ ਮੈਂ ਕਰੇ ਵਹਿ ਜਾਵਾਂ, ਵੇਖ ਗੋਭੀ ਦੇ ਪਕੌੜੇ ਟੁੱਟ ਕੇ ਮੈਂ ਬਹਿ ਜਾਵਾਂ। ਕੌਫੀ ਵਾਲਾ ਕੱਪ ਚੱਕ ਲਿਆ ਫਟਾਫਟ, ਲੱਗੀ ਸੀ ਪਰੌਣਿਆਂ ਦੀ ਵਾਲੀ ਪੀੜਨੀ। ਪਾੜ ਕੇ ਵਿਆਹ ਵਾਲਾ ਟੈਂਟ ਸੋਣੀਏ, ਰੱਜ ਕੇ ਮੈਂ ਖਾਤਾ ਮਟਰ ਪਨੀਰ ਨੀ। ਪਾੜ ਕੇ ਵਿਆਹ ਵਾਲਾ ਟੈਂਟ ਸੋਣੀਏ, ਰੱਜ ਕੇ ਮੈਂ ਖਾਤਾ ਮਟਰ ਪਨੀਰ ਨੀ। ਚੋਲ ਹੋਣ ਕਰ ਪਨੀਰ ਚੱਲਿਆ। ਥੈਂਕ ਯੂ। ਤਾਰਾ 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 ਨੀ ਵੇਟ ਤੋੜਦੀ, ਖਾ ਲਿਆ ਸੀ ਪਨੀਰ ਮੈਂ ਸਾਰਾ, ਦਾਣ ਮੱਖਣੀ ਤੇ ਡੁੱਲਿਆ ਫਿਰੇ। ਓਏ ਓਏ ਓਏ, ਕੋਈ ਸਬਜ਼ੀ ਛੱਡੀ ਕੋਈ? ਦਾਲ ਪਰੌਂਠਾ ਪਨੀਰ ਦਾਲ, ਚੱਲ ਚੱਲ ਚੱਲ, ਫਾਸਟ ਸਵੀਟ ਰੱਖਦਾ ਥੋੜਾ ਹੀ ਜਾਂਦਾ ਉਹਦਾ ਮੈਂ ਲਾ ਗਿਆ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਤੁਹਾਡਾ? ਅਕ੍ਰਿਤੀ। ਅਕ੍ਰਿਤੀ ਕਿੱਥੇ ਰਹਿੰਦੇ ਜੀ? ਮੈਂ 47D ਚੰਡੀਗੜ੍ਹ।
ਉੱਥੇ ਜਾ ਕੇ ਮੈਂ ਕਿਹਾ ਉੱਥੇ 47 ਮੈਂ ਕਹਿੰਦਾ ਉੱਥੇ ਵਧੀਆ ਵਧੀਆ ਲੱਗਿਆ ਜੀ ਹਾਂ ਜੀ ਹਾਂ ਜੀ ਆ ਜੇ ਕਰੋ ਆਪ ਗੇੜੀਆਂ ਮਾਰ ਲੈ ਕਰੋ ਮੇਰੇ ਘਰ ਕੇ ਪਾਸ ਮੁਝੇ ਲਗਾ ਇੱਕ ਦਿਨ ਆਪਨੇ ਵੀ ਮਾਰੀ ਥੀ ਨਾ ਨਾ ਨਹੀਂ ਨਹੀਂ ਲਗਾ ਮੁਝੇ ਐਸਾ ਤੱਕਾ ਹੀ ਤੱਕਾ ਹੀ ਨਹੀਂ ਨਹੀਂ ਸੱਚੀ ਮੈਂ ਉਧਰ ਵੜਦਾ ਨਹੀਂ ਕੋ ਕਾਲੀ ਮੈਂ ਨੇ ਦੇਖਾ ਤਾਂ ਮੈਂ ਨਹੀਂ ਮੈਂ ਬੜਾ ਮੈਂ ਆਪ ਸੁਣੀਏ ਨਾ 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 ਮੇਰਾ ਜੋ ਡੌਗੀ ਹੈ ਨਾ ਉਹ ਉਸਕੇ ਪਿੱਛੇ ਹੀ ਭਾਗਾ ਤਾਂ ਸ਼ਾਇਦ ਮੁਝੇ ਲਗਾ ਆਪ ਹੀ ਹੋ ਗਏ ਉਹ ਥੋੜੀ ਭਲੀ ਹੋ ਜੇ ਕੁੱਤੇ ਮੈਨੂੰ ਪੈਂਦੇ ਰਹੇ ਜਾਣ ਕੇ ਭੇਜ ਦਿੰਦੀ ਹੁੰਦੀ ਵੀ ਆਲੇ ਮਗਰ ਨਹੀਂ 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 ਆਪ ਵੀ ਸੱਚੀ ਮੈਂ ਕੀ ਸੁਣਾਉਂਗੇ ਨਹੀਂ ਮੈਨੂੰ ਡਾਂਸਿੰਗ ਦਾ ਕਾਫੀ ਸ਼ੌਕ ਹੈ ਕਰੋ ਜੀ ਕਰੋ ਡਾਂਸ ਬਾਕਸਿੰਗ ਦਾ ਕਰਾਟੇ ਆਪਣੇ ਸਿੰਗਿੰਗ ਡਾਂਸ ਤੇ ਪੜ੍ਹਾਈ ਵੀ ਕਰ ਲਈ ਦੀ ਸੁਣਾਓ ਫਿਰ ਨੀ ਪਾਇਆ ਲਹਿੰਗਾ ਸ਼ੀਸ਼ਿਆਂ ਵਾਲਾ ਸਾਰਾ ਪੱਟ ਸੁੱਟਿਆ ਪਟਿਆਲਾ ਨੀ ਮੁੰਡਾ ਮਰਜੂ ਮਰਬਿਆਂ ਵਾਲਾ ਨੀ ਕਾਕਾ ਮਰਜੂ ਮਰਬਿਆਂ ਵਾਲਾ ਤੇ ਜਾ ਚੱਕੇ ਨੀ ਕੁੜੀਏ ਖੱਪੀ ਅੱਖ ਦੇ ਥੱਲੇ ਤਿਲ ਕਾਲਾ ਕਰਦਾ ਪਾਕੇ ਨੀ ਕੁੜੀਏ ਖੱਪੀ ਅੱਖ ਦੇ ਥੱਲੇ ਤਿਲ ਕਾਲਾ ਕਰਦਾ ਬਾਲ ਬੂਜੇ ਸੈੱਟ ਕਰਨੇ ਟੀਵੀ ਤੇ ਆ ਗਏ ਕਿਉਂ ਕਰਨੇ ਨਹੀਂ ਫਿਰ ਟੀਵੀ ਮੈਂ ਨਹੀਂ ਆਣਾ ਮੰਮੀ ਦੇਖੇਗੀ ਸ਼ੋ ਫਿਰ ਕਹੇਗੀ ਬਾਲ ਨਹੀਂ ਸੈੱਟ ਕੀਏ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਪਰਿਵਾਰ ਚ ਕੌਣ ਕੌਣ ਹੈ ਜੀ ਮੰਮਾ ਪਾਪਾ ਸਿਸਟਰ ਬ੍ਰਦਰ ਮੰਮੀ ਚਿੜਚਿੜਕਦੇ ਹੁੰਦੇ ਜੀ ਥੋੜਾ ਥੋੜਾ ਅੱਛਾ ਮੰਮੀ ਦੀ ਐਕਟਿੰਗ ਲਾਉਣੀ ਹੈ ਜੀ ਤੁਹਾਡਾ ਕੀ ਨਾਮ ਨੀਰੂ ਨੀਰੂ ਮੈਂ ਨੀਰੂ ਜੀ ਤੁਸੀਂ ਨੀਰੂ ਦੀ ਮੰਮੀ ਠੀਕ ਹੈ ਝਿੜਕੋ ਜੀ ਕੀ ਹੋਇਆ ਅੱਜ ਲੇਟ ਕਿਉਂ ਆਈ ਹੈ ਸਪੋਰਟਸ ਤੇ ਸਪੋਰਟਸ ਨਹੀਂ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਮੈਨੂੰ ਪਤਾ ਨਹੀਂ ਲੱਗਦਾ 8 ਵਜ ਗਏ ਆ ਬਸ ਨਹੀਂ ਮਿਲੀ ਫੇਰ ਕੀ ਹੋਇਆ ਫੋਨ ਕਰ ਸਕਦੀ ਸੀ ਨਾ ਪਾਪਾ ਨੂੰ ਆਪਣੇ ਪਾਪਾ ਦਾ ਕਿਤੇ ਹੋਰ ਗਿਆ ਸੀ ਤੁਹਾਨੂੰ ਕੀ ਪਤਾ ਪਾਪਾ ਕਿੱਥੇ ਜਾਂਦੇ ਆ ਨਹੀਂ ਮੈਨੂੰ ਪਤਾ ਹੈ ਕਿੱਥੇ ਪਾਪਾ ਕਿੱਥੇ ਜਾਂਦੇ ਆ ਅੱਛਾ ਮੈਨੂੰ ਵੀ ਦੱਸ ਕਿੱਥੇ ਜਾਂਦੇ ਆ ਪਾਪਾ ਆਂਦਾ ਹੀ ਨਹੀਂ ਪਾਪਾ ਤਾਂ ਤੇਰਾ ਆਫਿਸ ਜਾਂਦੇ ਕਿਤੇ ਹੋਰ ਨਹੀਂ ਜਾਂਦੇ ਮੈਂ ਵੀ ਆਫਿਸ ਕਹਿ ਰਹੀ ਹਾਂ ਫਿਰ ਤੂੰ ਤੇਰਾ ਕੀ ਕਹਿਣ ਦਾ ਮਤਲਬ ਇਹਨੂੰ ਚੱਕਣਾ ਹੈ ਜੀ ਘੱਟੋ ਘੱਟ 10 ਸੈਕਿੰਡ ਚੱਕੋ ਜੀ ਹੁਣ ਤੁਸੀਂ ਚੱਕੋ ਜੀ ਇਹ ਮਸਾਂ ਹੀ ਹੱਥ ਪਿਆ ਕਿਆ ਕੈਸੇ ਫੀਲ ਕਰ ਰਹੇ ਹੋ ਨਹੀਂ ਨਹੀਂ ਉੱਪਰ ਬਰਫ਼ ਦਿਖ ਰਹੀ ਹੈ ਬਰਫ਼ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਕੀ ਸੁਣਾਓਗੇ ਕੀ ਕਰੋਗੇ ਪੇਸ਼ ਮੈਂ ਜਦੋਂ ਵਿਆਹ ਤੋਂ ਬਾਅਦ ਘਰੇ ਨੂੰ ਆਉਂਦੀ ਹੈ ਨਵੀਂ ਹੋ ਗਿਆ ਵਿਆਹ ਤੁਹਾਡਾ ਨਹੀਂ ਨਹੀਂ ਵੈਸੇ ਜਦੋਂ ਵਿਆਹ ਤੋਂ ਬਾਅਦ ਘਰੇ ਨੂੰ ਆਉਂਦੀ ਹੈ ਤਾਂ ਸੱਸ ਕੀ ਕਹਿੰਦੀ ਹੈ ਕੀ ਕਹਿੰਦੀ ਹੈ ਮੈਂ ਬੋਲਾ ਤੇ ਕਪੱਤੀ ਸੁਣੋ ਵੇ ਵੇੜੇ ਵਾਲਿਓ ਮੈਂ ਬੋਲਾ ਤੇ ਕਪੱਤੀ ਸੁਣੋ ਵੇ ਵੇੜੇ ਵਾਲਿਓ ਘਰ ਵਿੱਚ ਸਾਡੇ ਬੋਟੀ ਆਈ ਘਰ ਵਿੱਚ ਸਾਡੇ ਬੋਟੀ ਆਈ ਸਭ ਨੂੰ ਉਸਨੇ ਪਾਜੜ ਪਾਈ ਸਭ ਨੂੰ ਉਸਨੇ ਪਾਜੜ ਪਾਈ ਸਾਰਾ ਟੱਬਰ ਲੱਸੀ ਪੀਂਦਾ ਸਾਰਾ ਟੱਬਰ ਲੱਸੀ ਪੀਂਦਾ ਉਹ ਪੀਂਦੀ ਚਾਹ ਪੱਤੀ ਸੁਣੋ ਵੇ ਸੁਣੋ
ਸੱਸ ਕਿੱਦਾਂ ਦੀ ਹੋਣੀ ਚਾਹੀਦੀ? ਸੱਸ ਹੋਵੇ ਤਾਂ ਚੰਗੀ ਹੋਵੇ, ਨਹੀਂ ਤਾਂ ਫੋਟੋ ਟੰਗੀ ਹੋਵੇ। ਇੰਨੀ ਜਣੀ ਨੂੰ ਸੱਦਿਆ ਮੈਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਜੀ ਤੁਹਾਡਾ? ਸ਼ਿਵਾਨੀ। ਸ਼ਿਵਾਨੀ ਕਿੱਥੋਂ ਬਿਲੋਂਗ? ਹੱਥ ਬਸ ਜੀ ਜੋੜ ਲਏ ਬਸ ਬਹੁਤ। ਇੰਨੀ ਵੱਡੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਚੰਡੀਗੜ੍ਹ ਤੋਂ। ਚੰਡੀਗੜ੍ਹ ਤੋਂ? ਹਾਂਜੀ। ਵਧੀਆ ਸ਼ਹਿਰ ਹੈ ਚੰਡੀਗੜ੍ਹ? ਹਾਂਜੀ ਬਹੁਤ ਜ਼ਿਆਦਾ। ਸਤਿ ਸ਼੍ਰੀ ਨੱਕ ਪੂੰਝ ਲਏ? ਸਤਿ ਸ਼੍ਰੀ ਅਕਾਲ। ਕਿ ਮੈਂ ਅੱਗੇ ਚੱਲ ਜਾਂ ਫਿਰ? ਮੈਨੂੰ ਨਾ ਨਾ ਹੋ ਗਿਆ, ਹੁਣ ਠੀਕ ਹੈਗਾ ਮੈਂ। ਗਰਮੀ ਬਹੁਤ ਹੈ। ਗਰਮੀ ਨਹੀਂ, ਸਰਦੀਆਂ 'ਚ ਨੱਕ ਜ਼ਿਆਦਾ ਗਰਮੀ। ਚਲੋ ਵਧੀਆ ਜੀ। ਚਾਰੇ ਚਾਰੇ ਨੱਚੋਗੇ ਜੀ? ਹਾਂਜੀ। ਚਲੋ ਠੀਕ ਹੈ। ਆਓ ਜੀ, ਆਓ ਤੁਸੀਂ ਆਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਤੁਹਾਡਾ? ਮਨਦੀਪ। ਤੁਸੀਂ ਲਾਓਗੇ ਜੀ ਐਕਟਿੰਗ ਮੇਰੀ ਹੈ? ਹਾਂਜੀ। ਲਾਓ ਜੀ। ਜਦੋਂ ਕੁੜੀਆਂ ਡਾਂਸ ਕਰਦੀਆਂ ਹੁਣ ਤਾਂ ਰਵਨੀਤ ਨਾਲ ਨੱਚ ਰਿਹਾ ਹੋਵੇ ਤਾਂ ਰਵਨੀਤ ਨੂੰ ਇੱਕੋ ਸਟੈਪ ਆਉਂਦਾ। ਜੇ ਕੋਈ ਕੁੜੀ ਰਵਨੀਤ ਦੀ ਝੰਡ ਲਾਉਣ ਲੱਗ ਜਾਏ ਤਾਂ ਰਵਨੀਤ ਕਰ ਦਿੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਫਿਰ ਰੱਬ ਦੇ ਨਾਲ ਲੈਣਾ ਹੁੰਦਾ ਹੁਣ ਜਦੋਂ ਕੁੜੀ ਆ ਗਈ ਅੱਗੇ। ਹਾਲਾਤ ਨੱਚ ਨੁੱਚ ਕੇ ਸਾਰ ਦੇਗੀ ਮੇਰਾ ਤਾਂ ਕੰਮ ਹੀ ਇਹ ਹੈ, ਮੈਂ ਤਾਂ ਐਂ ਕਰ ਕਰਕੇ ਹੀ ਪੱਟ ਲੈਂਦਾ ਉਹਨਾਂ ਜਮਾਨਾ ਐਂ ਕਰ ਕਰਕੇ। ਚਲੋ ਮੰਮੀ ਦੀ ਐਕਟਿੰਗ ਲਾਓ ਫਿਰ। ਜੇ ਅਸੀਂ ਟੀਵੀ ਨਾ ਬੰਦ ਕਰੀਏ ਘਰੇ, ਮੰਮੀ ਪੜਿਓ ਨਾ, ਕਰਦੀਆਂ ਤੁਹਾਡੇ ਪਿਓ ਨੂੰ ਫੋਨ, ਇਹ ਨਹੀਂ ਦੇਖਿਓ ਆਪਣੇ ਪਿਓ ਨੂੰ। ਹਾਂ ਅਸੀਂ ਅੱਗੇ ਟੀਵੀ 'ਤੇ ਕੌਣ ਆ ਰਿਹਾ ਹੁੰਦਾ? ਪਰ ਮੈਂ ਤਾਂ ਨਹੀਂ ਪਿਓ ਹੈਗਾ। ਅੱਛਾ, ਐਂ ਚੱਲਦਾ ਘਰੇ ਕੰਮ। ਚਲੋ ਠੀਕ ਹੈ ਜੀ, ਦੇਖਿਆ ਕਰੋ ਜੀ ਆਪਣੇ। ਬੁਲਟਾਂ ਨੇ ਆ ਗਈਆਂ ਮੁੰਡਿਆਂ ਦੀ ਧੂੜੀ ਗੇੜੀ ਰੋਟੀ ਉੱਤੇ ਛਾ ਗਈਆਂ ਜੀ, ਪਰ ਅੱਗ ਲੰਡੀਆਂ ਮਾਰਦੇ ਨੇ ਪੜੀਆਂ, ਤੱਪਦੇ ਨੇ ਪਾਲਦੇ ਨੇ ਹਾਂਦੀਆਂ ਕੁੜੀਆਂ। ਜਿਨ੍ਹਾਂ ਨੇ ਸਾਨੂੰ ਮੋਲਿਆ, ਸਾਡੀ ਸਾਦਗੀ ਨੂੰ ਸਤ ਖੋਲਿਆ, ਉੱਤੋਂ ਤੂੰ ਮਿਲ ਗਈ ਪਹਿਲਾਂ ਤਾਂ ਲੱਗਿਆ ਕਿ ਕਿਸਮਤ ਖੁੱਲ ਗਈ, ਤੈਨੂੰ ਤਾਇਆ ਵੀ ਹੋਣਾ ਸਭ ਕੁਛ ਕਿਉਂ ਫਿਰ ਸਵਾਗਤ ਜੀ। ਲਓ ਜੀ, ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਜੀ ਸੈਕਟਰ 42 'ਚ ਪੈਂਦੇ ਗਵਰਨਮੈਂਟ ਕਾਲਜ ਗਰਲਜ਼। ਅਤੇ ਪਹਿਲਾਂ ਸੀਗੀ ਜੀ ਬਾਹਰ ਬਹੁਤ ਗਰਮੀ, ਹੁਣ ਆਡੀਟੋਰੀਅਮ ਦੇਖੋ ਜੀ, ਸ਼ਾਨਦਾਰ ਇਹਨਾਂ ਦਾ ਆਡੀਟੋਰੀਅਮ ਹੈ, ਸ਼ਾਨਦਾਰ ਕਾਲਜ ਹੈ, ਸੋਹਣੀਆਂ ਸੋਹਣੀਆਂ ਕੁੜੀਆਂ ਆਪਾਂ ਕਰਦੇ ਹਾਂ ਜੀ ਗੱਲਬਾਤ। ਕੀ ਹਾਲ ਚਾਲ ਜੀ? ਵਧੀਆ, ਤੁਸੀਂ ਸੁਣਾਓ? ਪਾਰਟੀਆਂ ਜੀ ਨਾ, ਟ੍ਰੈਂਡ ਹੈ, ਇਟਸ ਕਾਲਡ ਰਗ ਜੀ, ਜਿਹੜੀ ਰਗੜ ਰਗੜ ਕੇ ਪੁਰਾਣੀ ਹੋ ਜਾਏ ਰਗ ਜੀ। ਬਹੁਤ ਵਧੀਆ। ਚੌਂਕ ਦੇ ਉੱਤੇ 22 ਸੈਕਟਰ ਦੀਆਂ ਲਾਈਟਾਂ ਦੇ ਉੱਤੇ ਅੱਛਾ
ਤੁਸੀਂ ਸਕੂਟੀ ਦੇ ਉੱਤੇ ਸੀਗੇ ਓਕੇ ਮੁੰਡਾ ਤੰਗ ਕਰ ਰਿਹਾ ਮੁੰਡਾ ਬਹੁਤ ਹੀ ਖਰਾਬ ਹੈ ਵੈਸੇ ਮੈਂਟਲੀ ਅਪਸੈਟ ਜਿਹਾ ਵੀ ਹੈ ਠੀਕ ਹੈ ਨਾ ਜੀ ਅੱਛਾ ਅੱਛਾ ਲਾਈਟਾਂ ਦਸ ਰਹਿ ਗਈਆਂ ਛੇਤੀ ਦੇਖ ਦਸ ਨੌ ਅੱਠ ਸੱਤ ਅਠਾਨਵੇਂ ਸੱਤ ਸੌ ਛਿਆਲੀ ਅਠਾਨਵੇਂ ਸੱਤ ਛੇ ਪੰਜ ਚਾਰ ਬਿਆਲੀ ਹੈਲੋ ਹੈਲੋ ਪ੍ਰੋਬਲਮ ਕਿਹੜੀ ਲਾਈਟਾਂ ਦੱਸ ਰਿਹਾ ਵੀ ਦਸ ਅੱਠ ਸੱਤ ਛੇ ਪੰਜ ਰਹਿ ਗਈਆਂ ਲੈ ਚੱਲ ਹੁਣ ਤੂੰ ਮੇਰੇ ਵੱਲ ਧਿਆਨ ਨਾ ਸਾਰਾ ਲਾਈਟਾਂ ਵਾਲੇ ਧਿਆਨ ਘੱਟ ਕਰ ਹੁਣ ਲਾਈਟਾਂ ਧਿਆਨ ਲਾਉਣ ਨੂੰ ਲਈਆਂ ਨੇ ਹੋਰ ਕੀ ਹਾਂਜੀ ਜਾਣਾ ਨਹੀਂ ਹੁਣ ਖੜੀਆਂ ਹੋ ਗਈਆਂ ਚਲੋ ਬਹੁਤ ਵਧੀਆ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਪਹਿਲਾਂ ਬੋਲਦਾ ਸੀ ਹਾਂਜੀ ਦੂਜੀ ਵਾਰ ਵੀ ਕਰ ਰਹੀ ਸੀ ਤੁਹਾਡੇ ਦੂਜੀ ਵਾਰ ਬੁਲਾਉਂਦੇ ਨਹੀਂ ਨਹੀਂ ਜੇ ਕੋਈ ਘਰੇ ਦੂਜੀ ਵਾਰ ਆ ਜਾਏ ਉਹਨੂੰ ਸਾਧੇ ਨਹੀਂ ਸਤਿ ਸ਼੍ਰੀ ਅਕਾਲ ਨਹੀਂ ਬੁਲਾਉਂਦੇ ਅੱਛਾ ਐਂ ਕਹਿੰਦੇ ਬਸ ਠੀਕ ਹੈ ਆਪਣੇ ਇਹਨਾਂ ਦਾ ਕੰਮ ਇੱਕੋ ਹੈ ਪੜ੍ਹਨਾ 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 ਰੋਟੀ ਖਾਂਦੇ ਪਾਣੀ ਪੀਂਦੇ ਹਰ ਟਾਈਮ ਪੜ੍ਹਨਾ ਪੜ੍ਹ ਪੜ੍ਹ ਕੇ ਅੱਖਾਂ ਦੇ ਡਾਕਟਰ ਲੱਗ ਜਾਣਾ ਤਦ ਤੱਕ ਆਪਣੀ ਅੱਖਾਂ ਦੀ ਨਿਗਾਹ ਸਰ ਜਾਣੀ ਹੈ ਦੂਜੀ ਕਿਸਮ ਕਿਹੜੀ ਦੂਜੀ ਕਿਸਮ ਹੈ ਕੁੱਟਮਾਰ ਇਹਨਾਂ ਦਾ ਕੰਮ ਹੈ ਹਰ ਵੇਲੇ ਕੁੱਟਮਾਰ ਕਰਨਾ ਘਰੋਂ ਬੱਸ ਚੜ੍ਹ ਕੇ ਕਾਲਜ ਜਾਣਾ ਰਸਤੇ 'ਚ ਕੰਡਕਟਰ ਨੂੰ ਕੁੱਟ ਦੇਣਾ ਕਾਲਜ ਆ ਕੇ ਪ੍ਰੋਫੈਸਰ ਨੂੰ ਹੱਥ ਦਿਖਾ ਦੇਣਾ ਘਰ ਜਾਂਦੇ ਹੋਏ ਬਾਜ਼ਾਰ 'ਚ ਕਿਸੇ ਕੁੜੀ ਨਾਲ ਪੰਗਾ ਲੈ ਲੈਣਾ ਅਤੇ ਲੋਕਾਂ ਤੋਂ ਕੁੱਟ ਖਾ ਕੇ ਘਰ ਮੁੜ ਜਾਣਾ ਹਾਂਜੀ ਤੁਹਾਡੇ ਵਰਗੇ ਤੀਜਾ ਸਿਲੇਬਸ ਤੋਂ ਬਾਅਦ ਇਹਨਾਂ ਦਾ ਕੰਮ ਹੈ ਹਰ ਵੇਲੇ ਬਾਹਰ ਰਹਿਣਾ ਇੱਕ ਵਾਰ ਕਾਲਜ ਐਡਮਿਸ਼ਨ ਕਰਵਾਈ ਨਹੀਂ ਮੈਂ ਕਹਿ ਰਿਹਾ ਬਹੁਤ ਵਧੀਆ ਪੇਪਰ ਦੇਣ ਜਾਣਾ ਜਿੰਨਾ ਆਉਂਦਾ ਉਹਨਾਂ ਕਰਕੇ ਸੈਂਟਰ ਤੋਂ ਬਾਹਰ ਬਾਹਰ ਆ ਕੇ ਰੋਲਾ ਪਾ ਦੇਣਾ ਪੇਪਰ ਸਿਲੇਬਸ ਤੋਂ ਬਾਹਰ ਸਿਲੇਬਸ ਤੋਂ ਬਾਹਰ ਚਲੋ ਜੀ ਟੀਚਰ ਸਾਹਿਬਾਨ ਪ੍ਰੋਫੈਸਰ ਸਾਹਿਬਾਨ ਇਸ ਕਾਲਜ ਦੇ ਸਾਡੇ ਨਾਲ ਨੇ ਅਸੀਂ ਮੈਡਮ ਨਾਲ ਗੱਲ ਕਰਦੇ ਹਾਂ ਮਨੀ ਬੇਦੀ ਮੈਮ ਪ੍ਰਿੰਸੀਪਲ ਮੈਮ ਨੇ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੇ ਲੱਗ ਰਹੇ ਜੀ ਫੁੱਲ ਜਿਹੜਾ ਸਜਾਇਆ ਨਾ ਜੀ ਪਿੱਛੇ ਥੈਂਕ ਯੂ ਇਹ ਹੋਰ ਵੀ ਪਰਸਨੈਲਿਟੀ 'ਚ ਵਾਧਾ ਪਾਉਂਦਾ ਜੀ ਥੈਂਕ ਯੂ ਸੋ ਮਚ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਤੁਸੀਂ ਕਦੋਂ ਕਾਲਜ ਐਜ਼ ਅ ਪ੍ਰਿੰਸੀਪਲ ਜੁਆਇਨ ਕੀਤਾ ਸੀਗਾ ਜੀ ਤੇ ਕਿੱਦਾਂ ਦਾ ਰਿਹਾ ਜੀ ਸਫ਼ਰ ਹਜੇ ਤੱਕ ਸਫ਼ਰ ਮੇਰਾ ਬਹੁਤ ਲੰਬਾ ਰਿਹਾ ਇੱਥੇ ਮੈਂ ਇਨਫੈਕਟ ਐਜ਼ ਅ ਲੈਕਚਰਰ ਇੱਥੇ ਜੁਆਇਨ ਕੀਤਾ ਸੀ ਇਨ 1982 ਉਦੋਂ ਦੀ ਦੈਟ ਵਾਜ਼ ਮਾਈ ਫਸਟ ਅਪੁਆਇੰਟਮੈਂਟ ਐਜ਼ ਅ ਟੀਚਰ ਬਸ 82 ਤੋਂ ਲੈ ਕੇ ਹੁਣ ਤੱਕ ਮੇਰੀ ਜਰਨੀ ਇਸੇ ਕਾਲਜ ਦੇ ਵਿੱਚ ਰਹੀ ਹੈ ਪਹਿਲੇ ਬਹੁਤ ਸਾਲ ਆਫਕੋਰਸ ਐਜ਼ ਦ ਲੈਕਚਰਰ ਉਸ ਤੋਂ ਬਾਅਦ 2009 ਵਿੱਚ ਮੈਂ ਪ੍ਰਿੰਸੀਪਲ ਬਣੀ ਥੈਂਕ ਯੂ ਸੋ ਮਚ ਥੈਂਕ ਯੂ ਬਹੁਤ ਵਧੀਆ ਲੱਗੀ ਗੱਲ ਕਰਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਬਿਲਕੁਲ ਵਧੀਆ ਬਿੰਦੀ ਇੱਧਰ ਵੀ ਕਮਾਲ ਹੈ ਵੈਸੇ ਕੀ ਪੜ੍ਹਾਉਂਦੇ ਹੋ ਜੀ ਇੱਥੇ ਤੁਹਾਡਾ ਸਬਜੈਕਟ ਲੋਕ ਪ੍ਰਸ਼ਾਸਨ ਪਬਲਿਕ ਐਡਮਿਨਿਸਟ੍ਰੇਸ਼ਨ ਠੀਕ ਹੈ ਜੀ ਮੈਨੂੰ ਬੱਚੇ ਕਹਿੰਦੇ ਸੀ ਉਹ ਲੋਕ ਪ੍ਰਸ਼ਾਸਨ ਵਾਲੇ ਮੈਮ ਗਾਣਾ ਬਹੁਤ ਸੋਹਣਾ ਸੀ ਓਹੋ ਅੱਛਾ ਮਿਊਜ਼ਿਕ ਵਾਲਿਆਂ ਦਾ ਨਹੀਂ ਕਿਹਾ ਨਹੀਂ ਬੱਚੇ ਸਾਥ ਦੇਣਗੇ ਜੀ ਮੁਸੀ ਛਲ ਕੀ ਜਾਏ ਹਾਏ ਰੇ ਹਾਏ ਹਾਏ ਦੇਖੋ ਸਈਆਂ ਬੇਈਮਾਨ ਸਈਆਂ ਬੇਈਮਾਨ ਮੁਸੀ ਛਲ ਕੀ ਜਾਏ ਹਾਏ ਰੇ ਹਾਏ ਹਾਏ ਦੇਖੋ ਹਾਂ ਸਈਆਂ ਬੇ ਇੰਜ ਲੱਗਦਾ ਹੈ ਕਿ ਠੀਕ ਅਰਥਾਂ ਵਿੱਚ ਇੱਥੇ ਇਸ ਕਾਲਜ ਵਿੱਚ ਅਸੀਂ ਯੂਥ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਪਹਿਲਾਂ ਦੱਸ ਤਾਂ ਦਿਓ ਜੀ ਇਹ ਕੌਣ ਨੇ ਕੌਣ ਹੈ ਜੀ ਕੌਣ ਹੈ ਜੀ ਦੱਸੋ ਜੀ ਕੌਣ ਨੇ ਮੈਂ ਦੇਖੇ ਜੀ ਲੱਗਦੇ ਆ ਮੈਨੂੰ ਵੀ ਇਹ ਥੋੜਾ ਜਿਹਾ ਦੇਖਿਆ ਲੱਗਦਾ ਆਪਾਂ ਐ ਨਹੀਂ ਲੱਗਦਾ ਜੀ ਆਪਾਂ ਕਾਫੀ ਭੈਣ ਭਰਾ ਜੇ ਲੱਗਦਾ ਹਾਂ ਹਣਾ ਮੈਂ ਦੱਸਦਾ ਜੀ ਇਹ ਮੇਰੇ ਮੰਮੀ ਨੇ ਜੀ
ਦੇ ਭੈਣ ਭਰਾ ਹੀ ਹਾਂ। ਨਹੀਂ 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 ਬਸ ਮਾਂ ਮਾਂ ਹੀ ਹੁੰਦੀ ਹੈ ਜੀ, ਡਰਦਾ ਹੁਣ ਉਹਦਾ ਵੀ ਕੁੱਟ ਭੋਗ ਆਉਂਦੀ ਹੈ ਜੀ। ਝੂਠ ਨਹੀਂ ਹੈਗਾ ਜੀ, ਮੈਂ ਹੁਣ ਐਵੇਂ ਬਹੁਤ ਸੱਤਵੀਂ ਅੱਠਵੀਂ ਦੀ ਗੱਲ ਹੈ ਜੀ, ਉਹ ਯਾਦ ਨਾ ਹੋਵੇ ਜੀ ਮੈਨੂੰ ਲੈਸਨ, ਅਤੇ ਰਾਤੀ 1:30 ਵਜੇ ਬਹੁਤ ਚਾਂਟ ਪਏ ਜੀ ਮੈਨੂੰ, ਪਰ ਕਹਿੰਦੇ ਜੀ ਹੈਂਜੀ ਨਹੀਂ ਨਹੀਂ ਮੈਨੂੰ ਕੁੱਟਦੇ ਜੀ, ਉਹ ਤੁਹਾਡੇ ਨੰਬਰ ਵੱਧ ਜਾਣਗੇ। ਸੋ ਕਹਿੰਦੇ ਜੀ ਮਾਂ ਅਤੇ ਟੀਚਰ ਸੀਆਂ ਜਿਹੜੀਆਂ ਗਾਲਾਂ ਹੁੰਦੀਆਂ ਉਹ ਦੁੱਧ ਘਿਓ ਦੀਆਂ ਨਾਲਾਂ ਹੁੰਦੀਆਂ, ਸੋ ਇਹਨਾਂ ਦੇ ਚਿਣੇ ਹੋਏ ਆ ਜੀ। ਸੋ ਮੈਨੂੰ ਮੈਂ ਬਹੁਤ ਲੱਕੀ ਹਾਂ ਜੀ, ਮੈਨੂੰ ਵਧੀਆ ਬੇਬੇ ਮਿਲੀ ਅਤੇ ਬੇਬੇ ਤੋਂ ਬਹੁਤ ਹੀ ਲੱਕੀ ਆ ਵੀ ਇਹਨੂੰ ਕਹਿਣ ਬੁੱਤ ਮਿਲ ਗਿਆ। ਦੋ ਲਾਈਨਾਂ ਆਪਣੇ ਯੂਥ ਵਾਸਤੇ। ਹਾਂਜੀ, ਤੁਹਾਡਾ ਹੀ ਪ੍ਰੋਗਰਾਮ ਯੂਥ ਦੇਖਦਾ ਅਤੇ ਯੂਥ ਨੂੰ ਮੈਂ ਕਹਿਣਾ ਚਾਹਾਂਗੀ ਕਿ ਸੰਭਾਲ ਲਵੇ ਆਪਣੇ ਆਪ ਨੂੰ, ਬਹੁਤ ਲੋੜ ਹੈ ਇਸ ਟਾਈਮ ਸਾਡੇ ਯੂਥ ਨੂੰ ਸੰਭਲਣ ਦੀ। ਨਿੱਜ ਨੂੰ ਸਵਾਰ ਅਤੇ ਪਰ ਵੱਲ ਵੱਧ ਜਾ, ਨਿੱਜ ਨੂੰ ਸਵਾਰ, ਦੇਖੇ ਆਪਣੇ ਆਪ ਨੂੰ, ਸੋਚੇ ਆਪਣੇ ਬਾਰੇ, ਅੰਦਰ ਜਾਤ ਬਾਰੇ, ਉਹ ਕੀ ਕਰ ਸਕਦਾ, ਉਹ ਕੀ ਕਰਨ ਦੇ ਯੋਗ ਹੈ, ਉਹ ਬਹੁਤ ਕੁਛ ਕਰ ਸਕਦਾ ਅਤੇ ਸਾਡੀਆਂ ਸਮੱਸਿਆਵਾਂ ਦਾ ਹੱਲ ਉਹਦੇ ਹੱਥ ਵਿੱਚ ਹੀ ਹੈ, ਨਾ ਬਜ਼ੁਰਗਾਂ ਨੇ ਕਰਨਾ ਨਾ ਬੱਚਿਆਂ ਨੇ ਕਰਨਾ। ਨਿੱਜ ਨੂੰ ਸਵਾਰ ਅਤੇ ਪਰ ਵੱਲ ਵੱਧ ਜਾ, ਬੂੰਦ ਬੂੰਦ ਮਿਲ ਸਮੁੰਦਰ ਬਣ ਜਾ, ਆਓ ਰਲ ਕੇ ਚੱਲੀਏ, ਸੰਭਾਲੀਏ ਆਪਣੇ ਕਿਸਾਨ ਨੂੰ, ਬਚਾਈਏ ਆਪਣੇ ਜਵਾਨ ਨੂੰ, ਬਚਾਈਏ ਆਪਣੀਆਂ ਧੀਆਂ ਨੂੰ, ਬਚਾਈਏ ਆਪਣੇ ਪੰਜਾਬ ਨੂੰ। ਮੇਰਾ ਨਾਂ ਡਾਕਟਰ ਗੁਰਮੇਲ ਸਿੰਘ, ਮੇਰਾ ਪੰਜਾਬੀ ਹੈ। ਹਾਂਜੀ, ਮੈਨੂੰ ਮੈਂ ਸਟਾਰਟ ਹੀ ਇੱਥੋਂ ਕੀਤਾ ਸੀ, ਲੰਮਾ ਤਜਰਬਾ ਹੋ ਗਿਆ, ਹੁਣ 25 ਸਾਲ ਪੂਰੇ ਹੋ ਗਏ ਨੇ ਅਤੇ ਬਾਕੀ ਬਹੁਤ ਅੱਛਾ ਲੱਗ ਰਿਹਾ ਤੁਸੀਂ ਆਏ ਹੋ ਇਸ ਕਾਲਜ 'ਚ। ਤੁਹਾਨੂੰ ਅੱਜ ਤੱਕ ਕਿੰਨੀ ਕੁ ਮੁਸੀਬਤਾਂ ਆਈਆਂ ਜਾਂ ਮੁਸ਼ਕਲਾਂ ਆਪਾਂ ਕਹਿ ਸਕਦੇ ਹਾਂ ਤੁਹਾਨੂੰ ਤੁਹਾਡੇ ਫੀਲਡ ਦੇ ਵਿੱਚ ਆਈਆਂ ਇੱਥੇ ਤੱਕ ਪਹੁੰਚਣ? ਮੈਨੂੰ ਲੱਗਦਾ ਨਹੀਂ, ਕਿਉਂਕਿ ਸਾਡਾ ਫੀਲਡ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਵਾਲਾ ਨਹੀਂ ਹੈ। ਹਾਂਜੀ ਹਾਂਜੀ, ਇਸ ਤਰ੍ਹਾਂ ਦੀਆਂ, ਕਿਉਂਕਿ ਇਹ ਕਾਲਜ ਬਹੁਤ ਅੱਛਾ ਹੈ। ਹਾਂਜੀ, ਗਰਲਸ ਕਾਲਜ ਹੈ ਔਰ ਗਰਲਸ ਤੁਹਾਨੂੰ ਪਤਾ ਹੀ ਹੈ, ਬਹੁਤ ਬੀਬੀਆਂ ਕੁੜੀਆਂ ਹੈ ਸਾਡੀਆਂ। ਹਾਂਜੀ, ਅਤੇ ਇਸ ਤਰ੍ਹਾਂ ਦੀਆਂ ਮਤਲਬ ਜਿਵੇਂ ਮੁੰਡਿਆਂ ਦੇ ਕਾਲਜਾਂ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ, ਲੜਾਈਆਂ, ਝਗੜੇ, ਇਹ ਵੋ ਹੁੰਦਾ ਹੈ, ਉਹੋ ਜਿਹਾ ਕੁਛ ਇਹ ਪੜ੍ਹਦੇ ਸੀਗੇ ਸਰ ਉਦੋਂ? ਮੈਨੂੰ ਲੱਗਦਾ ਜਦੋਂ ਮੈਂ ਪੜ੍ਹਿਆ, ਮੈਂ ਚੰਡੀਗੜ੍ਹ ਦੇ ਬੋਆਇਜ਼ ਕਾਲਜ ਪੜ੍ਹਿਆ ਅਤੇ ਉੱਥੇ ਬੜੀਆਂ ਲੜਾਈਆਂ ਪੜ੍ਹਾਈਆਂ ਸੀ, ਬੜੀਆਂ ਸਟ੍ਰਾਈਕਾਂ, ਜੇ ਵੋ। ਤੁਸੀਂ ਇੱਥੇ ਸੀਗੇ ਜੀ ਮੋਰੀ? ਨਹੀਂ 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 ਨਹੀਂ, ਬਿਲਕੁਲ ਨਹੀਂ, ਇਸ ਤਰ੍ਹਾਂ ਦਾ ਅਸੀਂ ਪਿੱਛੇ ਰਹਿ ਕੇ। ਹਾਂਜੀ ਹਾਂਜੀ ਹਾਂਜੀ, ਈਵਨ ਡਰ ਲੱਗਦਾ ਸੀ ਇਹੋ ਜਿਹੀਆਂ ਚੀਜ਼ਾਂ ਨੂੰ ਪਾਪ ਦਿੰਦੇ ਵਿੱਚ। ਬਿਲਕੁਲ ਨਹੀਂ, ਠੀਕ ਹੈ ਜੀ, ਠੀਕ ਹੈ, ਥੈਂਕ ਯੂ ਸੋ ਮਚ ਸਰ, ਵਧੀਆ ਲੱਗੇ ਗੱਲ ਕਰਕੇ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ? ਬਸ ਠੀਕ ਹੈ ਜੀ, ਤੁਸੀਂ ਸੁਣਾਓ ਜੀ? ਬਸ ਵਧੀਆ। ਏਮ ਕੋਈ ਨਹੀਂ ਹੈ ਜੀ, ਲੋਕ ਨਾ ਐਂ ਕਹਿੰਦੇ ਵੀ ਵੀ ਏਮ ਕੋਈ ਨਹੀਂ, ਖੁਸ਼ ਏਮ ਹੈ ਹੀ ਨਹੀਂ, ਹੈ ਹੀ ਨਹੀਂ ਏਮ। ਦੱਸ ਕੀ ਫਾਇਦਾ, ਤੁਸੀਂ ਬੇਇੱਜ਼ਤੀ ਹੋ ਗਈ। ਨਹੀਂ 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 ਨਹੀਂ, ਬੇਇੱਜ਼ਤੀ ਨਹੀਂ, ਮੈਂ ਵਧੀਆ, ਮੈਂ ਲਿਖੂੰਗਾ ਵੀ ਕਿੱਥੇ ਤੱਕ ਸੋਚ ਹੈ, ਕੀ ਬਣਨਾ ਚਾਹੁੰਦੇ ਨੇ, ਹੈ ਕਿ ਨਹੀਂ ਜੀ? ਸਿਵਲ ਸਰਵਿਸ। ਬੱਲੇ 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 ਬੱਲੇ, ਮਤਲਬ ਪੀ ਸੀ ਐੱਸ ਹੈ ਜੀ, ਪੰਜਾਬ ਸਿਵਲ ਸਰਵਿਸ, ਉਹੀ ਤੁਹਾਨੂੰ ਪਤਾ ਹੀ ਨਹੀਂ, ਇਹਨੇ ਬੋਲਤਾ, ਮੈਨੂੰ ਕਿਸੇ ਨੇ ਕਿਹਾ ਵੀ ਆਹ ਬੋਲਦੀ ਹੈ, ਬੋਲ ਗਈ। ਨਹੀਂ ਮੈਨੂੰ ਕਿਸੇ ਨੇ ਨਹੀਂ ਕਿਹਾ। ਚੱਲ ਠੀਕ ਹੈ, ਪਹਿਲਾਂ ਮੈਂ ਲੱਗਾ ਤੁਸੀਂ ਬੇਇੱਜ਼ਤੀ ਕਰਨੀ ਆ। ਮੈਂ ਨਹੀਂ ਕਰਦਾ ਬੇਇੱਜ਼ਤੀ ਯਾਰ, ਕਮਾਲ ਆ, ਤੁਹਾਡੀਆਂ ਟੌਹਰਾਂ ਆ ਸਰਦਾਰੀ ਦੇ। ਸੁਣਾਓ ਫਿਰ ਗੀਤ ਗਾ ਸੁਣਾਓ। ਮੈਨੂੰ ਸ਼ੋਪਿੰਗ ਦੇ ਖਰਚੇ ਸਣੋ ਨਾ ਦੱਸ ਕੀ, ਜਿਹੜਾ ਕਰਾਂ ਮੈਂ ਪਿਆਰੇ ਉਹਦਾ ਮੁੱਲ ਦੱਸ ਕੀ, ਜਿਹੜੀ ਨਖਰਾਂ ਤੇ ਅੱਕੜਾਂ ਵੀ ਚੱਲ ਲਵੇ ਇਹੋ ਜਿਹੀ ਲੱਭਤਾ ਸਹੀ, ਯਾਰ ਚੰਡੀਗੜ੍ਹ ਵਾਲੀ ਜੀ ਐ ਸੋਹਣਿਆ ਵੀ ਛੋਲਿਆਂ ਦਾ ਵੱਡ ਤਾਰੇ ਮੇਰੇ ਸ਼ਹਿਰ ਆ ਕੇ ਗਾ, ਮੈਂ ਤਾਂ ਹੁਣ ਮਿਊਜ਼ਿਕ ਦੇ ਰਿਹਾ ਵੀ ਹੱਸ ਹੱਸ ਹੱਸ, ਮੇਰੇ ਸ਼ਹਿਰ ਆ ਕੇ ਕੌਣ ਸਿੱਖੇ ਤੂੰ ਬ੍ਰੈਂਡ, ਹੁਣ ਦੱਸ ਤੂੰ ਬ੍ਰੈਂਡ ਵਾਰੇ ਮੈਨੂੰ ਕੀ, ਯਾਰ ਚੰਡੀਗੜ੍ਹ ਵਾਲੀ ਜੀ ਐ ਸੋਹਣਿਆ ਵੀ ਛੋਲਿਆਂ ਦਾ ਵੱਡ ਤਾਰੇ। ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਤਿ ਸਤਿ ਸ਼੍ਰੀ ਅਕਾਲ ਜੀ, ਮੈਂ ਸੱਤ ਫਿਰ ਮਾਰੋ ਵਾਪਸ। ਹੋਰ ਸੁਣਾਓ ਜੀ, ਕੀ ਕਰੋਗੇ ਜੀ ਪੇਸ਼? ਅਸੀਂ ਭੰਗੜਾ ਪਾਓ ਜੀ, ਪਾਓ।
ਜੀ ਹੁਣ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਜੀ ਗਿੱਧਾ। ਹਾਂਜੀ ਕੰਟੀਨਿਊ ਮੰਡੀਰ ਔਰ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ। ਥੈਂਕ ਯੂ ਸੋ ਮੱਚ।